ਹੁਣ ਵੋਟਾਂ ਹੋਣਗੀਆਂ, ਦੇਣ ਲੱਗ ਗਏ ਨਾ ਲੋਲੀਪੋਪ। ਮੋਦੀ ਨੇ ਕੱਲ੍ਹ ਕਹਿੰਦਾ ਵੀ 100 ਰੁਪਇਆ ਕਢਾਤਾ ਸਿਲੰਡਰ, ਪਹਿਲਾਂ ਵਧਾਇਆ ਕੀ ਨਹੀਂ ਸੀ ਇਹ ਤਾਂ ਪੁੱਛੋ। ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 250-300 ਦਾ ਹੁੰਦਾ ਸੀ। ਹਾਂ ਨਾਲ ਹੀ ਤਾਂ ਹੈਗੇ, ਇੱਥੇ ਇੱਥੋਂ ਤਾਂ ਭਰਾ ਕੇ ਲੈ ਕੇ ਜਾਂਦੇ ਸੀ ਜਿਹੜੀ ਐਂ ਨੂੰ ਮੁੜਦੀ ਅੰਦਰ ਵੀ ਗੁਰਦੁਆਰੇ ਵੱਲ ਨੂੰ। ਵਧਾ ਕੇ ਉਹ ਜੋ 100 ਘਟਾ ਲਿਆ, ਬੜਾ ਕਹਿੰਦੇ ਵੀ ਕਮਾਲ ਕਰਤੀ ਕਮਾਲ ਕਰ। ਮੀਡੀਆ ਵਾਲੇ ਵੀ ਲੱਗ ਰਹੇ ਮੋਦੀ ਕੀ ਬੜੀ ਇੱਕ ਮਾਸਟਰ ਸਟਰੋਕ। ਉਹ ਕਾਹਦਾ ਮਾਸਟਰ ਸਟਰੋਕ, ਮੈਂ ਕਹਿੰਦਾ ਉਹ ਗੱਲ ਹੋ ਗਈ, ਆਹ ਗੱਲ ਸੁਣ ਲਿਓ ਮੇਰੀ। ਭਗਵੰਤ ਮਾਨ ਆਏ ਚੀਮੇ ਕਹਿ ਕੇ ਗਿਆ ਸੀ। ਕਿਸੇ ਪਰਿਵਾਰ 'ਚ ਨਾ ਕੁੜੀ ਦਾ ਵਿਆਹ ਸੀ, ਪਰਿਵਾਰ ਚੰਗਾ ਸੀ। ਇਹ ਲੋਲੀਪੋਪ ਕਿਵੇਂ ਦਿੰਦੇ ਨੇ ਅਤੇ ਆਪਾਂ ਕਿਵੇਂ ਗੱਲਾਂ 'ਚ ਆ ਜਾਂਦੇ ਹਾਂ ਇਹ ਸੁਣ ਲਿਓ। ਪਰਿਵਾਰ ਚੰਗਾ ਸੀ, ਕਹਿੰਦੇ ਧੂਮਧਾਮ ਨਾਲ ਕਰਾਂਗੇ ਵਿਆਹ, ਵਧੀਆ ਜ਼ਿਮੀਂਦਾਰਾਂ ਦਾ ਪਰਿਵਾਰ ਸੀ। ਉਹਨਾਂ ਨੇ ਕਰ ਲਏ ਇਕੱਠੇ ਕੁੜੀ ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ, ਚਾਂਦੀ ਦੀਆਂ ਝਾਂਜਰਾਂ, ਬੱਚੇ ਸੋਫਾ ਸੈੱਟ ਸ਼ਾਨਦਾਰ, ਹੋਰ ਅਲਮਾਰੀਆਂ, ਬਹੁਤ ਲੱਖਾਂ ਰੁਪਈਆਂ ਦਾ ਸਮਾਨ ਇਕੱਠਾ ਕਰ ਲਿਆ। ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰ ਅੱਜ ਸਮਾਨ ਹੈ, ਬਰਾਤ ਕੱਲ੍ਹ ਨੂੰ ਆਉਣੀ ਸੀ। ਅਜੇ ਰਾਤ ਨੂੰ ਡਾਕੂ ਆਏ, ਉਹਨੇ ਸਾਰਾ ਟੱਬਰ ਕੁੜੀ ਵਾਲਿਆਂ ਦਾ ਕਮਰੇ 'ਚ ਬੰਦ ਕਰਤਾ, ਬਾਹਰੋਂ ਕੁੰਡੀ ਲਾ ਤੀ। ਟਰੱਕ ਲਿਆਏ ਸੀ, ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ, ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਉਂਦੇ ਸੀ ਬੈਡ ਬੁੱਡ ਸਭ ਟਰੱਕ 'ਚ ਲੱਦ ਲਏ। ਤੁਰਨ ਤੋਂ ਪਹਿਲਾਂ ਡਾਲਾ ਬੰਦ ਕਰਕੇ, ਤੁਰਨ ਤੋਂ ਪਹਿਲਾਂ ਡਾਕੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ, ਕੁੜੀ ਵਾਲਿਆਂ ਦਾ ਪਰਿਵਾਰ ਕਿਹੜੇ ਕਮਰੇ 'ਚ ਬੰਦ ਹੈ? ਉਹ ਕਹਿੰਦੇ ਜੀ ਇੱਧਰ ਬੰਦ ਹੈ, ਖੋਲੋ। ਕਹਿੰਦੇ ਇਹਨੂੰ, ਖੋਲਿਆ, ਅੰਦਰ ਗਿਆ, ਡਰੇ ਬੈਠੇ ਸੀ ਕੁੜੀ ਵਾਲੇ। ਕਹਿੰਦਾ ਕਿਹੜੀ ਕੁੜੀ ਦਾ ਵਿਆਹ? ਕੁੜੀ ਡਰਦੀ ਡਰਦੀ ਖੜੀ ਹੋ ਗਈ, ਜੀ ਮੇਰਾ। ਡਾਕੂ ਨੇ ਜੇਬ 'ਚ ਹੱਥ ਪਾਇਆ, 100 ਰੁਪਏ ਸ਼ਗਨ ਦੇ ਕੇ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ, ਪਰਿਵਾਰ 'ਚ ਤੰਦਰੁਸਤੀਆਂ ਬਣੀਆਂ ਰਹਿਣ, ਬਹੁਤ ਮੁਬਾਰਕਾਂ। ਠੀਕ ਹੈ ਜੀ, ਚਲੇ ਗਏ ਲੁੱਟ ਕੇ। ਅਗਲੇ ਦਿਨ ਪੁਲਿਸ ਆਈ, ਇੱਕ ਕੁੜੀ ਵਾਲੇ ਦੇ ਪਰਿਵਾਰ 'ਚੋਂ ਇੱਕ ਬੰਦਾ ਨਾ FIR ਲਿਖਾਉਣ ਨੂੰ ਤਿਆਰ ਡਾਕੂਆਂ ਦੇ ਵਿਰੁੱਧ, ਕੋਈ ਬੋਲੀ ਨਾ। ਕਹਿੰਦੇ ਜੀ ਜੋ ਮਰਜ਼ੀ ਲੁੱਟ ਕੇ ਲੈ ਗਏ, ਬੰਦੇ ਬਹੁਤ ਚੰਗੇ ਸੀ, ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਗਨ ਦੇ ਗਏ। ਆਹ ਕੱਲ੍ਹ ਤੁਹਾਨੂੰ ਸ਼ਗਨ ਪਾਇਆ 100 ਰੁਪਏ ਦਾ ਮੋਦੀ ਨੇ, ਜਿਹੜਾ 5 ਸਾਲ 'ਚ ਲੁੱਟਿਆ ਉਹ ਨਹੀਂ, ਉਹ ਨਹੀਂ ਪਤਾ। ਆਪਾਂ ਵੀ ਕਹਿੰਦੇ ਹਾਂ ਚੱਲ ਏਅਰਪੋਰਟ ਵਿੱਚ ਤਾਂ ਹੋਣਗੇ ਫਲਾਨਾ, 100 ਰੁਪਇਆ ਦੇ ਗਏ, 100 ਰੁਪਇਆ ਦੇ ਗਿਆ। ਤੁਸੀਂ ਥੋੜ੍ਹਾ ਜਿਹਾ ਦੇਖ ਲਿਆ ਕਰੋ ਕਿ ਲੰਬਾ ਸਮਾਂ ਕੌਣ ਚੱਲਣ ਵਾਲਾ, ਇਹ ਫਰਕ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।